ਚਰਨਜੀਤ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 3 ਮਹੀਨੇ ਦੇ ਮੁੱਖ ਮੰਤਰੀ, ਉਹ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਅਸੀਂ ਸਾਰੇ ਮਸਲੇ ਹੱਲ ਕਰ ਦੇਣੇ ਨੇ, ਉਹ ਮੁੱਖ ਮੰਤਰੀ ਜਿਨ੍ਹਾਂ ਦੇ ਨਾਮ ਤੇ ਇੱਕ ਰਿਕਾਰਡ ਬਣਿਆ ਹੈ ਕਿ ਪਹਿਲੇ ਦਲਿਤ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਸੀ, ਉਹਨਾਂ ਨੂੰ ਕੱਲ ਛੁੱਟੀ ਵਾਲੇ ਦਿਨ, ਵਿਸਾਖੀ ਵਾਲੇ ਦਿਨ, ਡਾਕਟਰ ਅੰਬੇਦਕਰ ਦੇ ਜਨਮ ਦਿਨ ਵਾਲੇ ਦਿਨ ਸੱਦ ਲਿਆ ਵਿਜੀਲੈਂਸ ਨੇ, ਤੇ 7 ਘੰਟੇ ਉਸ ਦਿਨ ਜਿਸ ਦਿਨ ਉਹਨਾਂ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਸੀ, ਉਸ ਦਿਨ 7.25 ਘੰਟੇ ਪੁੱਛਗਿੱਛ ਕੀਤੀ ਔਰ 21 ਜਿਹਨੂੰ ਦੁਬਾਰਾ ਬੁਲਾ ਲਿਆ ਔਰ ਸਵਾਲ ਵੀ ਬੜੇ ਤਿੱਖੇ ਕੀਤੇ। ਕਹਿੰਦੇ ਇਹ ਦੱਸੋ ਜਿਹੜੀ ਪ੍ਰਵੀਨ ਬਿਲਡਰਜ਼ ਜਿਹੜੀ ਹੈ ਉਹਦੀਆਂ ਜਿਹੜੀਆਂ ਗੈਰ ਕਾਨੂੰਨੀਆਂ ਕਲੋਨੀਆਂ ਇਕੱਠੀਆਂ ਨੇ ਉਹ 'ਚ ਤੁਹਾਡੀ ਕਿੰਨੀ ਕੁ ਪਾਰਟਨਰਸ਼ਿਪ ਹੈ, ਇਹ ਸਵਾਲ ਪੁੱਛਿਆ। ਔਰ ਜਿੰਨੀਆਂ ਵੀ ਕਲੋਨੀਆਂ ਕੱਟੀਆਂ ਗਈਆਂ ਨੇ ਉਹਦੇ ਪਾਰਟਨਰਸ਼ਿਪ ਦੀ ਗੱਲ 2-3 ਵਾਰ ਪੁੱਛੀ ਉਹਨਾਂ ਨੇ। ਫਿਰ ਕਹਿੰਦੇ ਤੁਸੀਂ ਕੈਨੇਡਾ ਗਏ ਸੀ, ਅਮਰੀਕਾ ਗਏ ਸੀ, ਇਹ ਕਿੱਥੇ ਰਹੇ ਸੀ, ਕਿਹਨੇ ਖਰਚਾ ਕੀਤਾ, ਕਿਹੜੇ ਰਿਸ਼ਤੇਦਾਰ ਕੋਲ ਰਹੇ ਸੀ।